ਬਾਈਡਨ ਹੁਣੇ ਸਟੂਡੈਂਟ ਲੋਨ ਫਰਗੀਵਨਸ ਨੂੰ ਲੈ ਕੇ ਕਹਿੰਦੇ ਆ ਵੀ ਉਹ ਫੈਸਲਾ ਕੱਲ ਨੂੰ ਹੀ ਜਿਹੜਾ ਸੁਣਾ ਸਕਦੇ ਨੇ ਕੱਲ ਵੀ ਆਪਾਂ ਇਸ ਤੇ ਬਾਰੇ ਜ਼ਿਕਰ ਕੀਤਾ ਸੀਗਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਜਿਹੜੇ 77 ਆ ਉਹ ਉਹਦੀ ਗੱਲਬਾਤ ਜਿਹੜੀ ਉਹ ਚੱਲ ਰਹੀ ਆ ਸੋ ਹਾਲ ਦੀ ਘੜੀ ਸੇਮ ਇਨਫੋਰਮੇਸ਼ਨ ਆਪਾਂ ਕਹਿ ਸਕਦੇ ਪਰ ਇਹ ਲੱਗਦਾ ਹੈ ਵੀ ਕੱਲ ਤੱਕ ਵਾਈਟ ਹਾਊਸ ਤੋਂ ਇਸ ਦੇ ਬਾਰੇ ਕੋਈ ਨਾ ਕੋਈ ਸੂਚਨਾ ਜਾਣਕਾਰੀ ਜਿਹੜੀ ਉਹ ਆ ਸਕਦੀ ਆ ਰਾਸ਼ਟਰਪਤੀ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਦਬਾਅ ਜਿਹੜਾ ਉਹ ਚੱਲ ਰਿਹਾ ਆ ਬਹੁਤ ਸਾਰੇ ਕਹਿ ਰਹੇ ਆ ਵੀ ਜਦੋਂ ਰੈਸੈਸ਼ਨ ਦੇ ਦੌਰਾਨ ਬੈਂਕਾਂ ਨੇ ਜਿਨ੍ਹਾਂ ਨੇ ਪੂਰੇ ਮੁਲਕ ਦੇ ਵਿੱਚ ਬੈਡ ਲੋਨਸ ਕਿਤੇ ਉਹਨਾਂ ਨੂੰ ਤਾਂ ਬੇਲ ਆਊਟ ਮਨੀ ਦੇਖ ਕੇ ਬਿਲੀਅਨਸ ਆਫ ਡਾਲਰ ਜਿਹੜੇ ਉਹਨਾਂ ਦੇ ਵੀ ਮaaf ਕਰ ਦਿੱਤੇ ਕਿ ਹੋਇਆ ਜਿਹੜਾ ਉਹ ਕੁਛ ਨਹੀਂ ਤੇ ਕਹਿੰਦੇ ਵੀ ਸਟੂਡੈਂਟ ਲੋਨ ਫਰਗੀਵਨਸ ਵੀ ਜਿਹੜੀ ਉਹ ਹੋ ਜਾਵੇ ਤਾਂ ਉਸਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਆ ਇਸ ਮੌਕੇ 10000 ਡਾਲਰ ਤੱਕ ਪਰ ਬਾਰ ਬਾਰ ਹਰ ਤਰ੍ਹਾਂ ਦੇ ਜਿਹੜੇ ਸਟੂਡੈਂਟ ਲੋਨ ਜਿਨ੍ਹਾਂ ਦੇ ਚੱਲ ਰਹੇ ਆ ਉਹ ਉਹਨਾਂ ਦੇ ਮaaf ਜਿਹੜੇ ਉਹ ਕਿਤੇ ਜਾ ਸਕਦੇ ਹੈਗੇ ਆ ਆਲਦੋ ਕਈਆਂ ਦੇ ਲਈ ਇਹ ਬਹੁਤ ਘੱਟ ਹੋਊਗਾ ਤੇ ਕਈਆਂ ਦੇ ਲਈ ਇਹ ਜੀਵਨ ਬਦਲਣ ਵਾਲੀ ਜਿਹੜੀ ਖਬਰ ਆ ਉਹ ਬਣ ਸਕਦੀ ਆ ਸੋ ਇਹ 7 ਲੱਖ ਤੋਂ ਘੱਟ ਇਅਰਲੀ ਇਨਕਮ ਵਾਲਿਆਂ ਦੇ ਲਈ ਕਹਿੰਦੇ ਵੀ ਜੋ ਰਾਈਟ ਨਾਉ ਅੰਦਾਜ਼ੇ ਜਿਹੜੇ ਉਹ ਆ ਰਹੇ ਆ ਵੀ ਉਹੀ ਇਸ਼ਾਰੇ ਜਿਹੜੇ ਆ ਰਹੇ ਆ ਵੀ 7 ਲੱਖ ਡਾਲਰ ਜਿਹਦੀ ਇਨਕਮ ਮੰਥਲੀ ਆ ਸੌਰੀ ਇਅਰਲੀ ਜਿਹੜੀ ਹੈ ਉਸ ਤੋਂ ਘੱਟ ਹੋਊਗੀ ਉਹਨਾਂ ਦਾ 10000 ਡਾਲਰ ਤੱਕ ਦਾ ਜਿਹੜਾ ਮਾਫ ਆ ਉਹ ਕੀਤਾ ਜਾ ਸਕਦਾ ਹੈ 40 ਮਿਲੀਅਨ ਅਮਰੀਕਨਸ ਸਟੂਡੈਂਟ ਕਰਜ਼ੇ ਦੇ ਅੰਡਰ ਨੇ 1.7 ਟ੍ਰਿਲੀਅਨ ਡਾਲਰ ਦਾ ਜਿਹੜਾ ਕੁੱਲ ਕਰਜ਼ਾ ਇਹਨਾਂ 40 ਮਿਲੀਅਨ ਅਮਰੀਕਨਸ ਦੇ ਉੱਤੇ ਸਟੂਡੈਂਟ ਲੋਨਸ ਦੇ ਨਾਲ ਸੰਬੰਧਿਤ ਬਣਿਆ ਪਿਆ ਹੈਗਾ ਆ ਜਿਹੜੀ ਇੱਕ ਹੋਰ ਸੈਨੇਟਰ ਐਲਿਜ਼ਾਬੈਥ ਵਾਰਨ ਆ ਉਸ ਨੇ ਕਿਹਾ ਸੀਗਾ ਵੀ ਮੈਂ 50000 ਡਾਲਰ ਤੱਕ ਜਿਹੜੀ ਉਹ ਮਾਫ ਕਰੂੰਗੀ ਤੇ ਬਰਨੀ ਸੈਂਡਰ ਨੇ ਕਿਹਾ ਸੀਗਾ ਵੀ ਮੈਂ ਪੂਰੇ ਦਾ ਪੂਰੇ ਸਟੂਡੈਂਟ ਲੋਨ ਆ ਉਹ ਮਾਫ ਕਰ ਦੋ ਪრეਜ਼ੀਡੈਂਟ ਜੋ ਬਾਈਡਨ ਹੁਣੇ ਕਾਫੀ ਅੰਡਰ ਪ੍ਰੈਸ਼ਰ ਹੈਗੇ ਆ ਤਾਂ ਕਿ 10 ਜੀ ਡਾਲਰ ਤੋਂ ਵੱਧ ਦੇ ਜੋ ਲੋਨ ਆ ਉਹਨਾਂ ਨੂੰ ਕੈਨਸਲ ਕੀਤਾ ਜਾਵੇ ਜੋ ਗਰੁੱਪ ਹੈਗੇ ਐਨ ਡਬਲ ਯੂ ਸੀ ਪੀ ਤੇ ਲਾ ਮੇਕਰਸ ਜਿਸ ਤਰ੍ਹਾਂ ਸੈਨੇਟਰ ਮੈਜੋਰਿਟੀ ਲੀਡਰ ਚੱਕ ਸ਼ੂਮਰ ਹੈਗੇ ਡੈਮੋਕ੍ਰੇਟ ਨਿਊਯਾਰਕ ਤੋਂ Wisdom Call National Director and WCPC Youth College Division ਦੇ ਉਹਨਾਂ ਨੇ ਇਹ ਕਿਹਾ ਕਿ 10000 ਡਾਲਰ ਤਾਂ ਇੱਕ ਤਰ੍ਹਾਂ ਦੇ ਨਾਲ ਮੂੰਹ ਦੇ ਉੱਤੇ ਚਪੇੜ ਵਾਲੀ ਗੱਲ ਹੈਗੀ ਆ ਲੋਨ ਤੱਕੀਆਂ ਦੇ 2-2 ਲੱਖ ਡਾਲਰ ਤੱਕ ਵੀ ਹੈਗੇ ਆ ਆਪਾਂ ਦੇਖਦੇ ਆ ਵੀ ਪ੍ਰਾਈਵੇਟ ਕਾਲਜਸ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਬਹੁਤ ਜ਼ਿਆਦਾ ਲੁੱਟਿਆ ਪਿਛਲੇ ਸਾਲਾਂਾਂ 'ਚ ਜਦ ਐਕਨੋਮੀ ਸਟਰੋਂਗ ਸੀ ਤੇ ਲੋਕ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਐਡਮਿਸ਼ਨ ਲਾ ਲੈਂਦੇ ਸੀ ਉਹਨਾਂ ਕਈ ਜਿਹੜੀਆਂ ਕੰਪਨੀਆਂ ਯੂਨੀਵਰਸਿਟੀਆਂ ਆ ਉਹ ਬੰਦ ਵੀ ਹੋਈਆਂ IDT ਡੇਬਰਾਏ ਇਦਾਂ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਨਾਮ ਵੀ ਆਏ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਟੂਡੈਂਟਸ ਨੂੰ ਲੁੱਟਿਆ ਓਵਰਆਲ ਜੇ ਵੋਟਰਜ਼ ਦੀ ਗੱਲ ਕਰਦੇ ਜਾਈਏ 62% ਲੋਕ ਸਪੋਰਟ ਕਰਦੇ ਹੈਗੇ ਲੋਨ ਫੋਰਗਿਵਨਸ ਦੇ ਲਈ ਇਹ ਇੱਕ ਮਾਰਨਿੰਗ ਕਾਉਨਸਲਟ ਇਹਨਾਂ ਨੇ ਜੋ ਸਰਵੇ ਕੀਤਾ ਹੈਗਾ ਆ ਵਾਈਟ ਹਾਊਸ ਨੇ ਹਜੇ ਤੱਕ ਇਹਦੇ ਬਾਰੇ ਕੋਈ ਕਮੈਂਟ ਨਹੀਂ ਕੀਤਾ ਪਰ ਇਹ ਲੱਗਦਾ ਹੈ ਬਹੁਤ ਛੇਤੀ ਇਹਦੇ ਬਾਰੇ ਡਿਸੀਜਨ ਦੇਣ ਜਾ ਰਹੇ ਹੈਗੇ